ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਕਟੇਸ਼ਨ 24 ਫਰਵਰੀ 2023 ਦਾ ਸੰਪਾਦਕੀ ਪੈਰਾ 200 ਸ਼ਬਦ ਪਹਿਲਾਂ ਕਰਾਂਗੇ 200 ਸ਼ਬਦ 2 ਮਿੰਟ ਦੀ ਬ੍ਰੇਕ ਤੋਂ ਬਾਅਦ ਕਰਾਂਗੇ ਹੋਰ ਵੀ ਡਿਕਟੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਹਾਂਜੀ ਰੈਡੀ ਹੋ ਤੁਸੀਂ ਅੱਜ ਦੀ ਡਿਕਟੇਸ਼ਨ ਆਪਾਂ ਕਰੀਏ ਸਟਾਰਟ ਹਾਂਜੀ ਸਟਾਰਟ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਸੀ ਡੰਡੀ ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਲੋਕ ਸੂਬੇ ਦੀਆਂ ਦੋ ਰਵਾਇਤੀ ਪਾਰਟੀਆਂ ਤੋਂ ਬੁਰੀ ਤਰ੍ਹਾਂ ਨਿਰਾਸ਼ ਅਤੇ ਨਾਰਾਜ਼ ਹੋ ਚੁੱਕੇ ਸਨ ਡੰਡੀ ਉਹਨਾਂ ਨੂੰ ਇਹ ਉਮੀਦ ਸੀ ਕਿ ਜੇਕਰ ਨਮੀ ਉਬਰੀ ਤੀਸਰੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਸੂਬੇ ਲਈ ਕਈ ਪੱਖਾਂ ਤੋਂ ਨਵਾਂ ਸੁਨੇਹਾ ਹੋਵੇਗਾ ਡੰਡੀ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਵਿੱਚ ਹਰ ਪੜਾਟੇ ਹੁੰਦੇ ਭ੍ਰਿਸ਼ਟਾਚਾਰ ਤੋਂ ਜਨਤਾ ਬੇहद ਪਰੇਸ਼ਾਨ ਹੋ ਗਈ ਸੀ ਡੰਡੀ ਇਹ ਭ੍ਰਸ਼ਟਾਚਾਰ ਉੱਪਰਲੀ ਪੱਧਰ ਤੋਂ ਲੈ ਕੇ ਹੇਠਲੀ ਪੱਧਰ ਤੱਕ ਅਜੇਹਾ ਫੈਲ ਚੁੱਕਾ ਸੀ ਕਿ ਉਸ ਨੇ ਸਮੁੱਚੇ ਸਮਾਜ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਸੀ ਡੰਡੀ ਚੋਣਾ ਵਿੱਚ ਮਿਲੇ ਵੱਡੇ ਹੰਗਾਰੇ ਤੋਂ ਬਾਅਦ ਪਾਰਟੀ ਸਤਾ ਵਿੱਚ ਆਈ ਭਗਵੰਤ ਮਾਨ ਮੁੱਖ ਮੰਤਰੀ ਬਣੇ ਡੰਡੀ ਮਹਿਜ ਪਿਛਲੇ 11 ਮਹੀਨਿਆਂ ਵਿੱਚ ਮਾਨ ਨੇ ਹੁਣ ਤੱਕ ਭ੍ਰਿਸ਼ਟਾਚਾਰ ਦੇ ਮਸਲੇ ਬਾਰੇ ਸੈਂਕੜੇ ਬਿਆਨ ਦਿੱਤੇ ਹਨ ਅਤੇ ਇਹ ਵੀ ਕਿਹਾ ਹੈ ਕਿ ਹਰ ਪੱਧਰ ਤੇ ਪ੍ਰੇਸ਼ਟਾਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਡੰਡੀ ਉਹਨਾਂ ਦੀ ਪੂਰੀ ਤਰ੍ਹਾਂ ਨਿਕελ ਕਸੀ ਜਾਏਗੀ ਅਤੇ ਪ੍ਰਸ਼ਾਸਨ ਦੇ ਕੰਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸਾਫ਼ ਸੁਥਰਾ ਬਣਾਇਆ ਜਾਏਗਾ ਡੰਡੀ ਇਸ ਨੀਤੀ ਨੂੰ ਆਧਾਰ ਬਣਾ ਕੇ ਹੀ ਉਹਨਾਂ ਨੇ ਸਟਾਪ ਹਾਂਜੀ ਸਟੌਪ ਅਗਲੇ 200 ਸ਼ਬਦ ਕਰਦੇ ਹਾਂ ਰੈਡੀਓ ਹਾਂਜੀ ਸਟਾਰਟ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਤੇ ਸਿਕੰਜਾ ਕਸਣਾ ਸ਼ੁਰੂ ਕੀਤਾ ਉਹ ਹੁਣ ਤੱਕ ਅੰਤਹੀਣ ਹੁੰਦਾ ਜਾਪਦਾ ਹੈ ਡੰਡੀ ਹੁਣ ਮੰਤਰੀ ਨੇ ਗੱਜ-ਵੱਜ ਕੇ ਆਪਣੇ ਵੱਲੋਂ ਇੱਕ WhatsApp ਨੰਬਰ ਵੀ ਯਾਰੀ ਕੀਤਾ ਸੀ ਜਿਸ ਤੇ ਭ੍ਰਸ਼ਟਾਚਾਰ ਸਬੰਧੀ ਹਰ ਤਰ੍ਹਾਂ ਦੀ ਸੂਚਨਾ ਦਿੱਤੀ ਜਾ ਸਕਦੀ ਸੀ ਡੰਡੀ ਸਾਡੀ ਸੂਚਨਾ ਅਨੁਸਾਰ ਇਸ ਨੰਬਰ ਤੇ ਹੁਣ ਤੱਕ ਸਰਕਾਰ ਨੂੰ ਲੱਖਾਂ ਹੀ ਅਜਹੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਡੰਡੀ ਕੀ ਅਮਲੀ ਰੂਪ ਵਿੱਚ ਸ਼ਿਕਾਇਤਾਂ ਦੇ ਮਿਲੇ ਇਸ ਢੇਰ ਨੂੰ ਸਰਕਾਰ ਸਾਭ ਸਕਣ ਅਤੇ ਇਹਨਾਂ ਤੇ ਕਾਰਵਾਈ ਕਰਨ ਦੇ ਸਮਰੱਥ ਹੋ ਸਕੀ ਹੈ ਕੌਚਨ ਮਾਰ ਇਸ ਬਾਰੇ ਹੁਣ ਵੱਡੀ ਬੇਜਕੀਨੀ ਬਣ ਚੁੱਕੀ ਹੈ ਡੰਡੀ ਇਸੇ ਲਈ ਹੀ ਸਰਕਾਰ ਵੱਲੋਂ ਕੁਝ ਗਿਣੇ ਚੁਣੇ ਨਾਵਾਂ ਨੂੰ ਹੀ ਇਸ ਸੰਦਰਭ ਵਿਚ ਹੱਥ ਪਾਇਆ ਜਾ ਰਿਹਾ ਹੈ ਡੰਡੀ ਉਹ ਇਹਨਾਂ ਦੇ ਆਧਾਰ ਤੇ ਹੀ ਪ੍ਰਸ਼ਟਾਚਾਰ ਦੇ ਮਾਮਲੇ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹਨਾਂ ਕੇਸ਼ਾਂ ਨੂੰ ਇੱਕ ਉਦਾਹਰਣ ਵਜੋਂ ਹੀ ਵਰਤਣਾ ਚਾਹੁੰਦੀ ਹੈ ਡੰਡੀ ਇੱਕ ਸਮਾਸੀ ਜਦੋਂ ਇਸ ਪਾਰਟੀ ਨੇ ਧੜਾ ਧੜ ਦੂਸਰੀਆਂ ਪਾਰਟੀਆਂ ਦੇ ਛੋਟੇ ਵੱਡੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨਾ ਸ਼ੁਰੂ ਕੀਤਾ ਸੀ ਡੰਡੀ ਉਸ ਸਮੇਂ ਪਾਰਟੀ ਦੇ ਪ੍ਰਬੰਧਕਾਂ ਵੱਲੋਂ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੇ ਪਿਛਲੇ ਰਿਕਾਰਡ ਦਾ ਲੇਖਾ ਜੋਖਾ ਨਹੀਂ ਸੀ ਕੀਤਾ ਗਿਆ ਡੰਡੀ ਉਹਨਾ ਸਵੇਂ ਵੀ ਪਾਰਟੀ ਵੱਲੋਂ ਬਹੁਤ ਸਾਰੇ ਉਹਨਾ ਵਿਅਕਤੀਆਂ ਨੂੰ ਟਿਕਟਾਂ ਦੇ ਸਟਾਪ